ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਮਨ ਜੋੜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਇਹ ਮਨ ਜੁੜ ਜਾਵੇਗਾ ਤੇ ਤਨ ਦਾ ਵੀ ਭਲਾ ਹੋ ਜਾਵੇਗਾ, ਇਸ ਬੰਦੇ ਦਾ ਬੰਦੀ ਦਾ ਭਲਾ ਹੋ ਜਾਵੇਗਾ। ਇਸ ਬੰਦੇ ਦੇ ਬੰਦੀ ਦੇ ਕਈ ਹਿੱਸੇ ਹਨ, ਕਈ ਕਰਮ ਇੰਦਰੀਆਂ ਹਨ, ਜਿਹੜੀਆਂ ਕਰਮ ਇੰਦਰੀਆਂ ਵਸ ਹਨ ਮਨ ਦੇ, ਪਰ ਮਨ ਵਸ ਵਿੱਚ ਨਹੀਂ ਆਉਂਦਾ। ਅਕਾਲ ਪੁਰਖ ਜੀ ਦੀ ਕਿਰਪਾ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਵੇ ਤਾਂ ਮਨ ਵਸ ਵਿੱਚ ਆਉਂਦਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਲੜੀਵਾਰ ਕਥਾ ਇਹਨਾਂ ਦਿਨਾਂ ਦੇ ਵਿੱਚ ਦਾਸਰਾ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚੋਂ ਸਾਖੀਆਂ ਦੀ ਕਥਾ ਸਾਧ ਸੰਗਤ ਨੂੰ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਸਾਰਿਆਂ ਤੋਂ ਵੱਡੇ ਹਨ ਸਾਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ। ਗਿਆਨ ਧਿਆਨ ਕਿਛ ਕਰਨ ਨਾ ਜਾਣਾ, ਸਾਰ ਨ ਜਾਣਾ ਤੇਰੀ ਵਾਹਿਗੁਰੂ ਵਾਹਿਗੁਰੂ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਦੀਵੇ ਜੋ ਦੀਵਾ ਬਲਿਆ, ਦਸ ਪਾਤਸ਼ਾਹੀਆਂ ਦੀ ਜੋਤ ਜਗੀ ਹੈ। ਗਿਆਰਵੇਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਵੇਲੇ ਜਿਨ੍ਹਾਂ ਦੇ ਦਰਸ਼ਨ ਅਸੀਂ ਰੋਜ ਕਰਦੇ ਹਾਂ, ਜੋ ਸਾਡੇ ਸਤਿਗੁਰੂ ਹਨ। ਆਗਿਆ ਕਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਪਹਿਲਾਂ ਆਪ ਜੀ ਨੇ ਜਨਮ ਸਾਖੀ ਦੇ ਵਿੱਚੋਂ ਸਾਖੀ ਸਰਵਣ ਕੀਤੀ ਸੀ, ਕਥਾ ਸਰਵਣ ਕੀਤੀ ਸੀ। ਭੂਮੀ ਦੀ ਕਥਾ, ਜਿਹੜਾ ਭੂਮੀ ਦਾ ਮਾਲਕ ਸੀ, ਜ਼ਿਮੀਦਾਰ ਸੀ, ਜਿੱਥੋਂ ਨਾਮ ਹੈ ਭੂਮੀਆਂ ਬਹੁਤ, ਭੂਮੀਆਂ ਵਾਲਾ ਬਹੁਤ ਜ਼ਮੀਨਾਂ ਵਾਲਾ। ਪਰ ਉਹਦੀ ਕਿਰਤ ਕੀ ਸੀ, ਉਹ ਆਪ ਜੀ ਨੇ ਸਾਖੀ ਸਰਵਣ ਕਰ ਲਈ ਹੈ। ਕਿਵੇਂ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭੂਮੀ ਨੂੰ ਆਖਿਆ, ਭਾਈ ਸੱਚ ਬੋਲਣਾ ਹੈ, ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ, ਜਿਹਦਾ ਲੂਣ ਖਾਣਾ ਹੈ ਉਹਦਾ ਕਦੀ ਵੀ ਜਿਤਵਣਾ ਨਹੀਂ ਬੁਰਾ। ਗਰੀਬ ਨੂੰ ਮਾਰ ਪੈਂਦੀ ਹੋਵੇ ਉਹਨੂੰ ਵੀ ਨਹੀਂ ਸਹਿਣਾ। ਤੋ ਇਹ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ। ਅੱਗੇ ਅੱਜ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਦਾ ਅੰਗ ਹੈ 235 235। ਕੁਝ ਸਾਖੀਆਂ ਦਾਸ ਦੇ ਮਨ ਵਿੱਚ ਆਇਆ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਜੀਵਨ ਇਹ ਵੀ ਸੰਗਤਾਂ ਤੱਕ ਪਹੁੰਚੇ ਤਾਂ ਬੜੀ ਖੁਸ਼ੀ ਦੀ ਗੱਲ ਹੈ। ਧੰਨ ਗੁਰੂ ਨਾਨਕ ਸਾਡੇ ਵੱਡੇ ਹਨ,
ਸਭ ਤੇ ਵੱਡਾ ਸਤਿਗੁਰ ਨਾਨਕ ਜਿੱਥੋਂ ਸਾਰੀਆਂ ਅੱਗੇ ਜੋਤਾਂ ਜਗੀਆਂ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਗੇ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਹਰ ਰਾਏ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਸਮ ਪਿਤਾ ਪੰਥ ਦੇ ਵਾਢੀ ਦਾ ਆਧਾਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਗੁਰੂ ਨਾਨਕ ਜਿਹੜੇ ਹਨ ਅੱਗੇ ਗਿਆਰਵੇਂ ਗੁਰੂ ਨਾਨਕ ਸਮਾਏ ਹੋਏ ਹਨ ਸਾਰੀ ਪਵਿੱਤਰ ਪਾਵਨ ਗੁਰਬਾਣੀ ਦੇ ਵਿੱਚ ਨਿਰੰਕਾਰ ਰੂਪ ਹੋ ਕੇ ਵਾਹ ਵਾਹ ਬਾਣੀ ਨਿਰੰਕਾਰ ਹੈ ਅੰਗ ਹੈ 235 ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ ਅੱਗੇ ਸਾਖੀ ਗੁਰੂ ਜੀ ਦੀ ਅਸੀਂ ਭੈਣ ਨਾਨਕੀ ਕਹਿੰਦੇ ਹਾਂ ਤੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਸਨ ਜਦੋਂ ਅੱਜ ਵੀ ਸੁਲਤਾਨਪੁਰ ਲੋਧੀ ਜਾਓ ਜਿੱਥੇ ਮੋਦੀ ਖਾਨੇ ਦੇ ਵੱਟੇ ਪਏ ਹਨ ਉਹਨਾਂ ਦੇ ਦਰਸ਼ਨ ਜਾ ਕੇ ਕਰੀਦੇ ਹਨ ਜਿੱਥੇ ਗੁਰੂ ਸਾਹਿਬ ਨੇ ਹੱਟ ਕੀਤਾ ਹੈ ਤੇਰਾ ਤੇਰਾ ਬੋਲਿਆ ਹੈ ਹੱਟ ਸਾਹਿਬ ਵੀ ਜਾ ਕੇ ਮੱਥਾ ਟੇਕਦੇ ਹਾਂ ਬਹੁਤ ਸਾਰੇ ਗੁਰਦੁਆਰੇ ਕਿਉਂਕਿ ਸਤਿਗੁਰੂ ਜੀ ਦਾ ਬਹੁਤ ਸਮਾਂ ਸੁਲਤਾਨਪੁਰ ਲੋਧੀ ਵਿੱਚ ਬਤੀਤ ਹੋਇਆ ਹੈ ਭਾਈ ਅਜੈ ਰਾਮ ਜੀ ਦੇ ਕੋਲ ਭੈਣ ਉਹਨਾਂ ਦੀ ਭੈਣ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਭੈਣ ਨਾਨਕੀ ਦੇ ਘਰ 235 ਅੰਗ ਹੈ ਤੁਸੀਂ ਵੀ ਪੜ੍ਹਿਆ ਕਰੋ ਇਹ ਭਾਈ ਸਾਹਿਬ ਜੀ ਭਾਈ ਜਵਾਹਰ ਸਿੰਘ ਜੀ ਕਿਰਪਾਲ ਸਿੰਘ ਜੀ ਉਹਨਾਂ ਵੱਲੋਂ ਇਹ ਛਪੀ ਹੋਈ ਹੈ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਸਭ ਤੋਂ ਵੱਡੀ ਜਨਮ ਸਾਖੀ ਬਾਹਰ ਲਿਖਿਆ ਹੋਇਆ ਹੈ ਅੱਗੇ ਸਾਖੀ ਗੁਰੂ ਜੀ ਦੀ ਨਾਨਕੀ ਨਾਲ ਹੋਈ ਗੁਰੂ ਪਿਆਰਿਓ ਮਨ ਜੋੜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਆਪਣੇ ਸਤਿਗੁਰਾਂ ਦੇ ਜੀਵਨ ਵਿੱਚੋਂ ਥੋੜੀਆਂ ਥੋੜੀਆਂ ਸਾਖੀਆਂ ਸਰਵਣ ਕਰਦੇ ਰਿਹਾ ਕਰੋ ਤਾਂ ਕਿ ਮਨ ਜੁੜਿਆ ਰਹਿੰਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਾਲ ਨਾਨਕ ਗੁਰੂ ਗੁਰੂ ਹੈ ਪੂਰਾ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਜੋ ਧੰਨ ਗੁਰੂ ਨਾਨਕ ਸਾਹਿਬ ਕਹਿ ਦੇਣ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਗੁਰੂ ਨਾਨਕ ਸਾਹਿਬ ਦੁਨੀਆਂ ਨੂੰ ਤਾਰਨ ਗਏ ਹੋਏ ਹਨ ਬੱਚੇ ਜਿਹੜੇ ਹਨ ਉਹ ਵੀ ਸੁਲਤਾਨਪੁਰ ਇਸ ਵੇਲੇ ਮਾਤਾ ਜੀ ਮਾਤਾ ਸੁਲੱਖਣੀ ਜੀ ਦੇ ਕੋਲ ਹਨ ਸਤਿਗੁਰੂ ਜੀ ਨੇ ਉਦਾਸੀਆਂ ਧਾਰਨ ਕੀਤੀਆਂ ਜਿੱਥੇ ਜਿੱਥੇ ਵੀ ਕੋਈ ਅਕਾਲ ਪੁਰਖ ਜੀ ਨਾਲ ਵਿਛੜਿਆ ਹੋਇਆ ਸੀ ਉਹਨਾਂ ਨੂੰ ਜੋੜਨ ਵਾਸਤੇ ਆਪ ਸੰਗਤਾਂ ਨੂੰ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਪਤਾ ਹੈ ਕਿਵੇਂ ਕਿਵੇਂ ਸਤਿਗੁਰੂ ਜੀ ਕਿੱਥੇ ਕਿੱਥੇ ਗਏ ਹਨ ਕਿਵੇਂ ਕਿਵੇਂ ਦੁਨੀਆਂ ਨੂੰ ਤਾਰਿਆ ਹੈ ਭਾਈ ਬਾਲਾ ਜੀ ਤੇ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਨੂੰ ਤਾਰਨ ਗਏ ਹੋਏ ਹਨ ਅਬਾਊਟ 7.5 ਸਾਲ ਹੋ ਗਏ ਹਨ ਦਰਸ਼ਨ ਨਹੀਂ ਹੋਏ ਬੇਬੇ ਨਾਨਕੀ ਜੀ ਨੂੰ ਜਨਮ ਸਾਖੀ ਦੀ ਵਿੱਚ ਜੋ ਬੋਲੀ ਹੈ ਜੇ ਦਾਸਰਾ ਦਿਲਬਾਗ ਸਿੰਘ ਉਹ ਬੋਲੀ ਬੋਲੇ ਤਾਂ ਛੇਤੀ ਸਮਝ ਨਹੀਂ ਪਵੇਗੀ ਦਾਸ ਉਥੋਂ ਪੜ੍ਹ ਪੜ੍ਹ ਕੇ ਕੋਸ਼ਿਸ਼ ਕਰਦਾ ਹੈ ਕਿ ਜੋ ਗੁਰਮੁਖੀ ਸਮਝ ਪੈ ਜਾਵੇ ਸਭਨਾਂ ਦੇ ਮਨ ਨੂੰ
ਉਂਜ ਥੋੜੀ ਥੋੜੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰੇਗਾ ਜਿਵੇਂ ਗੁਰੂ ਕਰਵਾਉਣਗੇ, ਕਿਉਂਕਿ ਮੈਂ ਤੇ ਕੁਝ ਨਹੀਂ ਕਰ ਸਕਦਾ। ਜਿਉਂ ਬੁਲਾਵ ਹੈ ਤਿਉਂ ਬੋਲੇ ਸਵਾਮੀ ਕੁਦਰਤ ਕਮਨ ਹਮਾਰੀ। ਹੁਣ ਗੁਰੂ ਸਾਹਿਬ ਦੂਰ ਹਨ, ਬਹੁਤ ਦੂਰ ਹਨ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨਾਲ ਹਨ ਅਚਨ ਚੇਤ। ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ, ਭਾਈ ਬਾਲਾ ਸਾਨੂੰ ਬੇਬੇ ਯਾਦ ਕੀਤਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਹਨ ਭਾਈ ਬਾਲਾ ਜੀ, ਕਿਉਂਕਿ ਨਾਲ ਰਹਿੰਦੇ ਸਨ ਜਿੱਥੇ ਜਿੱਥੇ ਗਏ ਹਨ। ਧੰਨ ਗੁਰੂ ਅੰਗਦ ਦੇਵ ਜੀ ਪੁੱਛਦੇ ਸਨ, ਭਾਈ ਬਾਲਾ ਸਾਨੂੰ ਸਾਡੇ ਰਹਿਬਰ ਦੀਆਂ, ਸਾਡੇ ਮਾਲਕ ਦੀਆਂ, ਸਾਡੇ ਸਤਿਗੁਰੂ ਦੀਆਂ ਗੱਲਾਂ ਸਾਨੂੰ ਸੁਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਭਾਈ ਬਾਲਾ ਜੀ ਆਖਣ ਲੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਭਾਈ ਬਾਲਾ ਜੀ ਦੱਸ ਰਹੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੂਸਰੀ ਪਾਤਸ਼ਾਹੀ ਸਤਿਗੁਰੂ ਜੀ। ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ, ਭਾਈ ਬਾਲਾ ਸਾਨੂੰ ਬੇਬੇ ਨੇ ਯਾਦ ਕੀਤਾ ਹੈ, ਸਾਨੂੰ ਭੈਣ ਨੇ ਯਾਦ ਕੀਤਾ ਹੈ। ਤਾਂ ਭਾਈ ਬਾਲਾ ਜੀ ਕਹਿੰਦੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਮੈਂ ਆਖਿਆ ਜੀ ਕੀਤਾ ਹੋ ਸੀ। ਭਾਈ ਬਾਲਾ ਜੀ ਆਖਣ ਲੱਗੇ, ਮੈਂ ਆਖਿਆ ਕੀਤਾ ਹੋਵੇਗਾ, ਜਰੂਰ ਕੀਤਾ ਹੋਵੇਗਾ, ਮੈਂ ਆਖਿਆ ਜੀ ਕੀਤਾ ਹੋ ਸੀ। ਵਾਹਿਗੁਰੂ ਵਾਹਿਗੁਰੂ। ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ, ਤਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਆਖਿਆ, ਭਾਈ ਬਾਲਾ ਜਰੂਰ ਜਾਣਾ ਚਾਹੀਏ। ਕਿਹੇ ਭਾਈ ਬਾਲਾ ਭੈਣ ਨੇ ਯਾਦ ਕੀਤਾ ਹੈ, ਸਾਨੂੰ ਸੁਲਤਾਨਪੁਰ ਜਰੂਰ ਜਾਣਾ ਚਾਹੀਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਂ ਭਾਈ ਬਾਲਾ ਜੀ ਆਖ ਰਹੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ। ਤਾਂ ਭਾਈ ਬਾਲਾ ਜੀ ਕਹਿੰਦੇ ਹਨ, ਤਾਂ ਮੈਂ ਆਖਿਆ ਗੁਰੂ ਜੀ ਇੱਥੋਂ ਕਿਤਨੇ ਕੋ ਹੈ। ਭਾਈ ਬਾਲਾ ਜੀ ਕਹਿਣ ਲੱਗੇ, ਮੈਂ ਆਖਿਆ ਕਿ ਜਿੱਥੇ ਭੈਣ ਜੀ ਹਨ ਉਹ ਕਿਤਨੇ ਕੋਹ ਤੇ ਬੈਠੇ ਹਨ। ਵਾਹਿਗੁਰੂ ਵਾਹਿਗੁਰੂ। ਤਾਂ ਧੰਨ ਗੁਰੂ ਨਾਨਕ ਸ੍ਰੀ ਗੁਰੂ ਜੀ ਕਿਹਾ, ਭਾਈ ਬਾਲਾ ਇੱਥੋਂ 2700 ਕੋਹਾਂ ਤੇ ਭੈਣ ਬੈਠੀ ਹੈ, ਇੱਥੋਂ 2700 ਕੋਹਾਂ ਤੇ ਹੈ। ਤਾਂ ਭਾਈ ਬਾਲਾ ਜੀ ਆਖਦੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੱਲਾਂ ਦੱਸ ਰਹੇ ਹਨ। ਤਾਂ ਮੈਂ ਆਖਿਆ ਜੀ ਕਦ ਪਹੁੰਚੀਏਗੇ ਸਤਿਗੁਰ ਜੀ, ਫਿਰ ਅਸੀਂ ਕਦੋਂ ਪਹੁੰਚਾਂਗੇ, ਇੰਨਾ ਸਫ਼ਰ ਜਿਹੜਾ ਹੈ ਬਹੁਤ ਲੰਬਾ ਹੈ, ਤੁਸੀਂ ਦੱਸ ਰਹੇ ਹੋ ਇੱਥੋਂ 2700 ਕੋਹਾਂ ਤੇ ਹੈ, ਕਿਉਂ ਗੁਰੂ ਮਹਾਰਾਜ ਜੀ ਖੰਡਾਂ ਬ੍ਰਹਮੰਡਾਂ ਵਿੱਚ ਪਤਾ ਨੀ ਕਿੱਥੇ ਕਿੱਥੇ ਚਲੇ ਜਾਂਦੇ ਸਨ, ਕਿਤਨੀ ਕਿਤਨੀ ਦੂਰ ਚਲੇ ਜਾਂਦੇ ਸਨ, ਦੂਰ ਦੂਰ ਬੈਠੇ ਲੋਕਾਂ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਸਨ, ਜਿਵੇਂ ਸਿੱਧਾਂ ਨੂੰ ਜਾ ਕੇ ਜੋੜਿਆ। ਅੱਗੇ ਸਾਖੀਆਂ ਆਉਣਗੀਆਂ, ਜੇ ਗੁਰੂ ਨਾਨਕ ਦੇ ਪਿਆਰੇ ਗੁਰੂ ਨਾਨਕ ਨਾਮ ਲੇਵਾ ਯੂਟਿਊਬ ਤੇ ਸੁਣਨਗੇ, ਸਬਸਕ੍ਰਾਈਬ ਕਰਨਗੇ, ਤਾਂ ਅੱਗੇ ਤੋਂ ਅੱਗੇ ਸਾਖੀਆਂ ਜਿਹੜੀਆਂ ਹਨ ਉਹ ਦਾਸਰਾ ਪੜ੍ਹ ਕੇ ਸੁਣਾਉਂਦਾ ਜਾਵੇਗਾ। ਤਾਂ ਭਾਈ ਬਾਲਾ ਜੀ ਕਹਿੰਦੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਤਾਂ ਮੈਂ ਆਖਿਆ ਜੀ ਕਦ ਪਹੁੰਚੀਏਗੇ, ਕਦੋਂ ਪਹੁੰਚਾਂਗੇ, ਸਫ਼ਰ ਬੜਾ ਲੰਬਾ ਹੈ। ਤਾਂ ਗੁਰੂ ਜੀ ਕਿਹਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਭਾਈ ਬਾਲਾ
ਕਰਤਾਰ ਝੱਬਦੇ ਹੀ ਪਹੁੰਚ ਜਾਵਾਂਗੇ। ਸਤ ਕਰਤਾਰ ਕਹਿੰਦਿਆਂ ਕਹਿੰਦਿਆਂ ਹੀ ਆਪਾਂ ਸੁਲਤਾਨਪੁਰ ਭੈਣ ਦੇ ਕੋਲ ਪਹੁੰਚ ਜਾਵਾਂਗੇ। ਸਤਨਾਮ ਵਾਹਿਗੁਰੂ ਵਾਹਿਗੁਰੂ। ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਦੁਪਹਿਰ ਵੇਲੇ ਗੱਲਾਂ ਕੀਤੀਆਂ, ਭਾਈ ਬਾਲਾ ਜੀ ਆਖ ਰਹੇ ਹਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਅਤੇ ਸੰਧਿਆ ਵੇਲੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਰਦਾਨਾ ਨਾਲ ਹੀ ਮੈਨੂੰ ਤੇ ਮਰਦਾਨੇ ਨੂੰ ਆਖਿਆ, ਮਰਦਾਨਾ ਐ ਭਾਈ ਬਾਲਾ ਅੱਖੀ ਮੀਟੋ ਅੱਖਾਂ ਬੰਦ ਕਰੋ। ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ। ਅਸਾਂ ਅੱਖਾਂ ਮੀਟ ਲਈਆਂ, ਸ੍ਰੀ ਗੁਰੂ ਜੀ ਅੰਤਰ ਧਿਆਨ ਹੋਏ। ਇੱਕ ਘੜੀ ਰਾਤ ਗਈ ਸੁਲਤਾਨਪੁਰ, ਜੈ ਰਾਮ ਜੀ ਦੇ ਘਰ ਆਏ ਵੜੇ। ਜੈ ਰਾਮ ਜੀ ਭੈਣ ਨਾਨਕੀ ਜੀ ਦੇ ਸਾਈ ਸਨ, ਹਸਬੈਂਡ ਸਨ, ਪਤੀ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਜੀ ਸਨ, ਭਾਈਆ ਜੀ ਸਨ। ਅੱਜ ਕੱਲ ਜੀਜਾ ਜੀ ਕਹੀਦਾ ਹੈ, ਪਹਿਲਿਆਂ ਸਮਿਆਂ ਦੇ ਵਿੱਚ ਜੀਜਾ ਜੀ ਨੂੰ ਭਾਈਆ ਜੀ ਆਖਿਆ ਜਾਂਦਾ ਸਨ, ਬੜਾ ਸਤਿਕਾਰ ਦਿੱਤਾ ਜਾਂਦਾ ਸਨ। ਇੱਕ ਘੜੀ ਰਾਤ ਗਈ ਸੁਲਤਾਨਪੁਰ, ਭਈਆ ਜੈ ਰਾਮ ਜੀ ਦੇ ਘਰ ਆਏ ਵੜੇ, ਘਰ ਆ ਪਹੁੰਚੇ। ਅੱਗੋਂ ਤੁਲਸਾਂ ਦਾਸੀ ਖਲੋਤੀ ਸੀ, ਸਤ ਕਰਤਾਰ ਸਤ ਕਰਤਾਰ ਵਾਹਿ। ਤਾਂ ਤੁਲਸਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਕਿ ਬਹੂ ਜੀ ਦਾ ਭਾਈ ਆਇਆ ਹੈ, ਜਿਨ੍ਹਾਂ ਨੂੰ ਅਸੀਂ ਭੈਣ ਨਾਨਕੀ ਜੀ ਕਹਿੰਦੇ ਹਾਂ, ਸਤਿਗੁਰਾਂ ਦੀ ਭੈਣ ਦੇ ਭਰਾ ਆਏ ਹਨ। ਤੁਲਸਾਂ ਖੁਸ਼ੀ ਦੇ ਨਾਲ ਕੂਕੀ, ਕਹਿਣ ਲੱਗੀ, ਬਹੂ ਜੀ ਵਧਾਈ ਹੋਵੇ, ਵਧਾਈ ਹੈ ਵਧਾਈ ਹੈ, ਤੁਹਾਡਾ ਭਰਾ ਆਇਆ ਹੈ, ਤੁਹਾਡਾ ਭਰਾ ਆਇਆ ਹੈ, ਤੁਹਾਡਾ ਭਾਈ ਜੀ ਆਇਆ ਹੈ। ਤੁਲਸਾਂ ਆਖਣ ਲੱਗੀ ਖੁਸ਼ੀਆਂ ਨਾਲ, ਬੇਬਲ ਹੋ ਗਈ ਤੁਲਸਾਂ ਦਾਸੀ। ਜਦੋਂ ਬੇਬੇ ਜੀ ਨੇ ਵੇਖਿਆ, ਬੇਬੇ ਜੀ ਬੇਬੇ ਨਾਨਕੀ ਜੀ ਨੂੰ ਆਖਿਆ ਜਾਂਦਾ ਹੈ, ਜਾਂ ਬੇਬੇ ਜੀ ਦੇਖੇ ਤਾਂ ਸੱਚਮੁੱਚ ਆਏ ਹਨ। ਜਦੋਂ ਬੇਬੇ ਜੀ ਨੇ ਤੱਕਿਆ, ਭੈਣ ਨਾਨਕੀ ਜੀ ਨੇ ਤੱਕਿਆ ਕਿ ਸੱਚਮੁੱਚ ਮੇਰਾ ਵੀਰ ਆ ਗਿਆ ਹੈ, ਜਨਮ ਸਾਖੀ ਦਾ ਅੰਗ ਹੈ 235, ਤੁਸੀਂ ਵੀ ਪੜ੍ਹਿਆ ਕਰੋ 235। ਤੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੈਰਾਂ ਤੇ ਜਦੋਂ ਢਹਿ ਪਏ, ਬਾਬਾ ਜੀ ਨੇ ਝੱਟ ਪਕੜ ਲਿਆ ਹੱਥ, ਪੈਰਾਂ ਤੇ ਨਾ ਪੈਣ ਦਿੱਤਾ, ਬੇਬੇ ਜੀ ਵੱਡੇ ਸਨ। ਬਾਬਾ ਜੀ ਨੇ ਹੱਥ ਫੜ ਲਿਆ, ਢਹਿਣ ਨਹੀਂ ਦਿੱਤਾ ਪੈਰਾਂ ਤੇ। ਵਾਹਿਗੁਰੂ ਵਾਹਿਗੁਰੂ। ਤਾਂ ਗੁਰੂ ਜੀ ਨੇ ਅੱਗੋਂ ਹੱਥ ਪਕੜ ਲਏ, ਤਾਂ ਗੁਰੂ ਨਾਨਕ ਜੀ ਆਖਿਆ, ਬੇਬੇ ਜੀ ਤੁਸਾਂ ਯਾਦ ਕੀਤਾ ਹੈ, ਤਾਂ ਅਸਾਂ ਆਖਿਆ ਬੇਬੇ ਦਾ ਦਰਸ਼ਨ ਕਰੀਏ। ਬੇਬੇ ਨੇ ਸਾਨੂੰ ਯਾਦ ਕੀਤਾ ਹੈ, ਸਾਡਾ ਮਨ ਵੀ ਅੰਦਰੋਂ
खड़का होया भैन याद कर रही है दर्शन करने चाहिए हन असा आख्या बेबे दा दर्शन करिए आ गए हैं सतनाम श्री वाहिगुरु सत करता वाहिगुरु ता बेबे आख्या भाई जी तुसी किथाओं नेड़े ही आए भैन आखन लगी तुसी किते नेड़े ही सी मैं दोपहर वेले याद कीता है तुसी जट आ गए हो किधरे दूर तो नहीं सी नेड़े ही लगते हो असा दोपहर वेले याद कीता प्रशादा पका रही सां तवे ते फुलका फुल रहा सी ध्यान तुहाडे वल जुड़ गया पौने सत वरे हो गए हन अपने भाई नूं मिलिया सोचा सोच रही सां मन विच वैराग बड़ा आ गया प्राता जी भाई जी वीर जी भरा जी तुहाडे वास्ते याद कीता है तुसी जट आ गए हो कोलो मर्दाना बोलिया रजादी जी गुरु नानक साहब जी 2700 कुआ तो एक घड़ी विच आ गए हन तुहाडे कोल सानू आखिया है ए मर्दाना ए बाला अखा मीटो ते आखो सत करतार आप भी आ गए हन ते सानू भी ले आए हन एक घड़ी दे विच तां तानू गुरु नानक साहब जी आखिया मर्दानिया चुप कर क्यों बोलदा पिया है मर्दानिया चुप कर ए करतार दियां गल्लां हन मर्दानिया चुप कर ता जिवें भैन भरा आपस विच गल करदे हन बेबे आखिया भैन नानकी जी ने आखिया भाई मर्दाना इन्हां पासों एक राय बुलार ही वरसाना है ए राय बुलार नूं बहुता प्यार करदे हन पर असां दी कदर नहीं जाती पौने 7 साल हो गए हन एक वारी मुखड़ा नहीं विखाया वाहिगुरु गुरु नानक साहब जी ने आख्या बेबे जी तुसा असानू याद कीता आहा सानू याद कीता है इस वास्ते असी झट आ गए हां तुरत आ गए हां अपनी भैन नूं मिलन वास्ते तुहाडी याद सानू खिच लै आई असी अपने राह ते जा रहे सां असी अपने रस्ते ते जा रहे सां पर तुहाडी याद ने सानू आउण वास्ते बेबल कर दिता है धन गुरु नानक साहब जी आखण लगे जो कुछ आखना है सो आखो भैन मेरी ऐ बेबे जो कुछ आखना है सो आख कह ता बेबे नानकी आखिया भाई जी तुहाडे दर्शन दी चाह आई तुहाडे दर्शन दी मैनू चाह सी किन्ना समा बीत गया है दर्शन नहीं होए भरा दे वीर दे इस करके मैं तुसानू याद कीता है मेरे मन विच तुहाडे वास्ते भरा वास्ते वैराग आया है बहुत वरे गुजर गए हन इंज लगता है भाई जी ने धन गुरु नानक साहब जी असि आखदे हां प्यार नाल जन्म साखी विच भाई जी लिखिया है भाई जी असानू इंज लगता है तुसां विसार छड्डिया है भुला छड्डिया है तां गुरु नानक जी आख्या बेबे जी हुण तुसां दी चितवनी पूरी होई जो तुसां मन विच चितवे आसी प्रशादा पकाउंदिया ने बनाउंदिया ने पकाउंदिया ने ओ चितवनी हुण पूरी हो गई है हुण सानू असानू खुशी करो असी चले जाइए तुहाडे मन दी जिहड़ी इच्छा सी
ਉਹ ਪੂਰੀ ਹੋ ਗਈ ਹੈ। ਅਸੀਂ ਆਪਣੇ ਰਸਤੇ ਤੇ ਸਾਂ, ਤੁਹਾਡੀ ਯਾਦ ਕਰਕੇ ਆ ਗਏ ਹਾਂ। ਸਤ ਕਰਤਾਰ ਸਤ ਕਰਤਾਰ ਆਖਦੇ ਹੋਏ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਗਈ ਹੈ। ਸਾਨੂੰ ਹੁਣ ਐ ਬੇਬੇ ਖੁਸ਼ੀ ਬਖਸ਼ਿਸ਼ ਕਰੋ ਜਾਣ। ਤਾਂ ਤੁਲਸਾਂ ਆਖਿਆ ਜੋ ਦਾਸੀ ਸੀ, ਠਾਕੁਰ ਜੀ ਤੁਮ ਅਭੀ ਆਏ ਹੋ, ਹੁਣੇ ਆਏ ਹੋ, ਹੁਣੇ ਜਾ ਰਹੇ ਹੋ। ਤੁਲਸਾਂ ਆਖਣ ਲੱਗੀ ਜੋ ਦਾਸੀ ਸੀ ਸੇਵਕ ਸੀ, ਭਾਈਏ ਜੈ ਰਾਮ ਜੀ ਕੋ ਤੋਂ ਆਵਣੇ ਦੇਵੋ, ਭਾਈਆ ਜੀ ਨੂੰ ਤਾਂ ਆਉਣ ਦਿਓ, ਜੈ ਰਾਮ ਜੀ ਨੂੰ ਥੋੜਾ ਚਿਰ ਠਹਿਰ ਜਾਵੋ, ਉਹ ਵੀ ਤੁਸਾਂ ਦੇ ਦਰਸ਼ਨ ਕਰ ਲੈਣਗੇ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਆਖਿਆ ਤੁਲਸਾਂ ਅਸਾਂ ਜ਼ਰੂਰ ਜਾਣਾ ਹੈ, ਸਾਡੀਆਂ ਉਦਾਸੀਆਂ ਦਾ ਸਮਾਂ ਹਲੇ ਬਹੁਤ ਹੈ, ਅਸਾਂ ਕਈਆਂ ਨੂੰ ਜਾ ਕੇ ਸਤ ਕਰਤਾਰ ਦੇ ਨਾਲ ਜੋੜਨਾ ਹੈ ਜਿਹੜੇ ਵਿਛੜੇ ਪਏ। ਗੁਰੂ ਜੀ ਆਖਿਆ ਅੰਗ ਹੈ 236, ਜਨਮ ਸਾਖੀ ਦਾ ਪਤਰਾ ਦਾਸ ਨੇ ਪਲਟਾ ਦਿੱਤਾ ਹੈ 236। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈਆ ਜੀ ਨੂੰ ਸਾਡੇ ਵੱਲੋਂ ਬੇਨਤੀ ਕਰ ਦੇਣੀ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਪਰ ਅਸੀਂ ਇਸ ਵੇਲੇ ਰਾਹ ਤੇ ਹਾਂ, ਅਸਾਂ ਦੁਨੀਆ ਨੂੰ ਅਕਾਲ ਪੁਰਖ ਦੇ ਨਾਲ ਜੋੜਨਾ ਹੈ, ਅਸਾਂ ਹੁਣ ਜਾਣਾ ਹੈ ਭੈਣ ਬੇਬੇ, ਅਸਾਂ ਹੁਣ ਜਾਣਾ ਹੈ। ਜਦ ਗੁਰੂ ਮਹਾਰਾਜ ਜੀ ਨੇ ਇੰਜ ਕਿਹਾ ਤੇ ਭੈਣ ਨਾਨਕੀ ਦੇ ਹੰਝੂ ਨਿਕਲ ਪਏ, ਹੰਝੂ ਨਿਕਲ ਪਏ, ਹੰਝੂ ਨਿਕਲ ਪਏ। ਬੇਬੇ ਨੇ ਕੀ ਕੀਤਾ, ਸ੍ਰੀ ਚੰਦ ਜੀ ਨੂੰ ਅੱਗੇ ਲਿਆ ਕੇ ਖੜਾ ਕਰ ਦਿੱਤਾ। ਵਾਹਿਗੁਰੂ 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 ਵਾਹਿਗੁਰੂ। ਬੇਬੇ ਨਾਨਕੀ ਜੀ ਨੇ ਸ੍ਰੀ ਚੰਦ ਜੀ ਨੂੰ, ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਸਨ, ਅੱਗੇ ਲਿਆਣ ਕੇ ਖੜਾ ਕਰ ਦਿੱਤਾ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਬੇਬੇ ਤੁਸਾਂ ਇਹ ਗੱਲ ਨਾ ਹੀ ਕਰਨੀ ਸੀ, ਇੰਜ ਕਿਉਂ ਕੀਤਾ, ਅਸਾਂ ਨੂੰ ਮੋਹ ਵਿੱਚ ਨਾ ਪਾ, ਅਸਾਂ ਉਸ ਕਰਤਾਰ ਦੇ ਰਾਹ ਤੇ ਅਜੇ ਚੱਲਣਾ ਹੈ, ਸਾਡੀਆਂ ਉਦਾਸੀਆਂ ਰਹਿੰਦੀਆਂ ਹਨ, ਅਸੀਂ ਰਾਹ ਤੇ ਚੱਲਦੇ ਚੱਲਦੇ ਤੂੰ ਯਾਦ ਕੀਤਾ ਹੈ ਤਾਂ ਤੇਰੇ ਕੋਲ ਆ ਗਏ ਹਾਂ, ਤੂੰ ਸ੍ਰੀ ਚੰਦ ਨੂੰ ਕਿਉਂ ਅੱਗੇ ਲਿਆ ਕੇ ਖੜਾ ਕਰ ਦਿੱਤਾ ਹੈ, ਕਿਉਂਕਿ ਬੱਚਿਆਂ ਵਿੱਚ ਮੋਹ ਹੁੰਦਾ ਹੈ। ਬੇਬੇ ਆਖਿਆ ਕਿ ਮਤਾਂ ਸ੍ਰੀ ਚੰਦ ਜੀ ਨੂੰ ਵੇਖ ਕੇ ਥੋੜਾ ਰੁਕ ਜਾਣ। ਬੇਬੇ ਤੁਸਾਂ ਇੰਜ ਕਿਉਂ ਕੀਤਾ, ਆਖਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਜੀ, ਬੇਬੇ ਆਖਿਆ ਕਿਉਂ ਜੋ ਮੈਂ ਇੰਜ ਤਾਂ ਕੀਤਾ ਹੈ, ਤੁਸੀਂ ਕੁਝ ਸਮਾਂ ਮੇਰੇ ਕੋਲ ਹੋਰ ਰਹੋ। ਗੁਰੂ ਨਾਨਕ ਜੀ ਕਿਹਾ ਬੇਬੇ ਜੀ ਅਸੀਂ ਤੁਹਾਡੇ ਪਾਸ ਥੋੜੇ ਚਿਰ ਤੋੜੀ ਰਹੀਏਂਗੇ, ਥੋੜੇ ਚਿਰ ਤੱਕ ਰਵਾਂਗੇ, ਹੁਣ ਅਸੀਂ ਰਾਹ ਤੇ ਹਾਂ, ਕਿਤਨੀ ਦੂਰੋਂ ਤੁਹਾਡੀ ਯਾਦ ਕਰਕੇ ਆਏ। ਬੇਬੇ ਤੁਹਾਡਾ ਭਲਾ ਇਸੇ ਵਿੱਚ ਹੈ, ਸਾਨੂੰ ਖੁਸ਼ੀ ਦਿਓ, ਸਾਨੂੰ ਜਾਣ ਦਿਓ। ਤਾਂ ਬੇਬੇ ਆਖਿਆ ਭਾਈ ਜੀ
ਪ੍ਰਸ਼ਾਦ ਪ੍ਰਸ਼ਾਦਾ ਜਿਉਂ ਜਿਆ ਵੀ ਹੈ, ਪਕਵਾਨ ਜਿਉਂ ਜਿਆ ਵੀ ਹੈ, ਉਹ ਛਕ ਕੇ ਜਾਣਾ ਕਰੋ। ਤਾਂ ਗੁਰੂ ਜੀ ਕਿਹਾ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਭਲਾ ਬੇਬੇ ਜੀ ਜੋ ਤਿਆਰ ਹੈ ਸੋ ਮਰਦਾਨੀ ਨੂੰ ਦੇਵੋ। ਬੇਬੇ ਨਾਨਕੀ, ਭੈਣ ਨਾਨਕੀ, ਅੰਦਰੋਂ ਪ੍ਰਸ਼ਾਦਾ ਜੋ ਤਿਆਰ ਸੀ ਪਕਵਾਨ ਕੱਢ ਲਿਆਈ। ਕੜਾ ਪ੍ਰਸ਼ਾਦ ਸੀ, ਪਤਾਸੇ ਸੀ, ਪ੍ਰਸ਼ਾਦਾ ਸੀ, ਸਭ ਅੱਗੇ ਆਣ ਰੱਖਿਆ। ਸਤ ਕਰਤਾਰ, ਸਤ ਕਰਤਾਰ, ਵਾਹਿਗੁਰੂ, ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਜੀ ਆਖਿਆ, ਮਰਦਾਨਿਆਂ ਖਾ, ਮਰਦਾਨਿਆਂ ਛਕ। ਤਾਂ ਮਰਦਾਨੇ ਆਖਿਆ ਜੀ ਤੁਸੀਂ ਵੀ ਖਾਵੋ ਤਾਂ ਮੈਂ ਵੀ ਖਾਵਾਂ, ਜੇ ਤੁਸੀਂ ਨਹੀਂ ਖਾਵੋਗੇ ਤੇ ਮੈਂ ਕਿਵੇਂ ਖਾਵਾਂ। ਵਾਹਿਗੁਰੂ, 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 ਵਾਹਿਗੁਰੂ। ਗੁਰੂ ਜੀ ਮੈਨੂੰ ਆਖਿਆ, ਭਾਈ ਬਾਲਾ ਜੀ ਆਖ ਰਹੇ ਹਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਭਾਈ ਬਾਲਾ ਜੀ ਕਹਿੰਦੇ ਹਨ, ਮੈਨੂੰ ਵੀ ਆਖਿਆ ਕਿ ਬਾਲਾ ਇਸ ਦੇ ਤਰੇ ਹਿੱਸੇ ਕਰ ਦਿਓ, ਇਸ ਪ੍ਰਸ਼ਾਦੇ ਤੇ ਤਿੰਨ ਹਿੱਸੇ ਬਣਾ ਦਿਓ। ਤਾਂ ਧੰਨ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਕਹਿ ਰਹੇ ਹਨ, ਮੈਂ ਉਸ ਪ੍ਰਸ਼ਾਦੇ ਦੇ, ਉਸ ਲੰਗਰ ਦੇ, ਉਸ ਪਕਵਾਨ ਦੇ ਤਿੰਨ ਹਿੱਸੇ ਕਰ ਦਿੱਤੇ। ਇੱਕ ਹਿੱਸਾ ਮਰਦਾਨੇ ਨੇ ਲਿਆ, ਇੱਕ ਹਿੱਸਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲਿਆ। ਐ ਸਤਿਗੁਰੂ ਜੀ, ਭਾਈ ਬਾਲਾ ਜੀ ਦੱਸ ਰਹੇ ਹਨ ਧੰਨ ਗੁਰੂ ਅੰਗਦ ਦੇਵ ਜੀ ਨੂੰ, ਇੱਕ ਹਿੱਸਾ ਮੈਂ ਖਾਧਾ। ਜਦੋਂ ਪ੍ਰਸ਼ਾਦਾ ਛਕ ਲਿਆ, ਗੁਰੂ ਨਾਨਕ ਜੀ ਆਖਿਆ, ਬੇਬੇ ਜੀ ਸਤ ਕਰਤਾਰ, ਸਤ ਕਰਤਾਰ ਹੈ, ਭਾਵ ਕਿ ਹੁਣ ਸਾਨੂੰ ਖੁਸ਼ੀ ਬਖਸ਼ਿਸ਼ ਕਰੋ, ਅਸਾਂ ਤੁਸਾਂ ਦਾ ਕਿਹਾ ਮੰਨ ਲਿਆ। ਤਾਂ ਬੇਬੇ ਆਖਿਆ, ਭਾਈ ਜੀ ਦਰਸ਼ਨ ਫਿਰ ਕਦੋਂ ਦਿਓਗੇ? ਤਾਂ ਧੰਨ ਗੁਰੂ ਨਾਨਕ ਜੀ ਆਖਿਆ, ਬੇਬੇ ਜੀ ਜਿੱਤ ਵੇਲੇ ਤੂੰ ਯਾਦ ਕਰੇਂਗੀ, ਐ ਭੈਣ ਜਿਸ ਵੇਲੇ ਤੂੰ ਸਾਨੂੰ ਯਾਦ ਕਰੇਂਗੀ, ਉਸ ਵਕਤ ਆਪਣੀ ਭੈਣ ਦੇ ਕੋਲ, ਬੇਬੇ ਦੇ ਕੋਲ ਅਸੀਂ ਆਣ ਹਾਜ਼ਰ ਜਾਵਾਂਗੇ। ਬੇਬੇ ਨਾਨਕੀ ਕਿਹਾ, ਭਾਈ ਜੀ ਤੋ ਸਾਡੀ ਰਜਾਏ, ਐ ਵੀਰ, ਐ ਮੇਰੇ ਭਰਾਤਾ ਜੀ, ਜਿਵੇਂ ਤੁਹਾਡੀ ਰਜਾ ਹੈ। ਤਾਂ ਭਾਈ ਬਾਲਾ ਜੀ ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਮੇਰੇ ਮੂੰਹ ਨਿਕਲ ਗਿਆ, ਮੈਂ ਆਖਿਆ, ਗੁਰੂ ਜੀ ਮੇਰੀ ਇੱਕ ਬੇਨਤੀ ਸੁਣੀ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਤੂੰ ਕੀ ਕਹਿਣਾ ਚਾਹੁੰਦਾ ਹੈ? ਅਸਾਂ ਤੇਰਾ ਆਖਿਆ, ਐ ਭਾਈ ਬਾਲਾ, ਕਦੀ ਮੋੜਿਆ ਹੈ, ਫੇਰਿਆ ਹੈ? ਜੋ ਕੁਝ ਕਹਿਣਾ ਹੈ ਨਿਸ਼ੰਗ ਕਹਿ। ਤਾਂ ਮੈਂ ਆਖਿਆ, ਗੁਰੂ ਜੀ ਅੱਜ ਦੀ ਰਾਤ ਬੇਬੇ ਜੀ ਦੇ ਪਾਸ ਰਹਿ ਜਾਓ, ਤੁਸੀਂ ਬੇਬੇ ਜੀ ਨੂੰ ਰੰਜ ਨਾ ਕਰੋ, ਭਾਵ ਨਾਰਾਜ਼ ਨਾ ਕਰੋ, ਅੱਜ ਦੀ ਰਾਤ ਬੇਬੇ ਜੀ ਕੋਲ ਰਹਿ ਜਾਓ, ਭਾਈ ਬਾਲੇ ਜੀ ਨੇ ਆਖਿਆ। ਤਾਂ ਜਨਮ ਸਾਖੀ ਭਾਈ ਬਾਲਾ ਜੀ ਵਾਲੀ ਵਿੱਚ ਲਿਖਿਆ ਹੈ, ਅੰਗ ਹੈ 236 236। ਧੰਨ ਗੁਰੂ ਨਾਨਕ ਸਾਹਿਬ ਜੀ ਬੇਬੇ ਜੀ ਦੇ ਘਰ ਰਹਿ ਗਏ। ਗੁਰੂ ਜੀ ਧੰਨ ਗੁਰੂ ਨਾਨਕ
बचन कर रहे संत भाईया जी भी आ गए, जय राम जी भी आ गए। तुलसा ने भी आखिया सी भाईया जी नू जय राम जी नू आ लैण दिओ फिर चले जाना। सचमुच भाईया जी जय राम जी अपनी किरत विरत करके घर आ रहे। भाईया जय राम जी बेबे नानकी जी दे घर वाले सन, धन गुरु नानक साहब जी दे भाईया जी सन, जीजा जी सन। फिर भाई मरदाने ने भाई बाला जी ने धन गुरु नानक साहब जी ने भाईया जय राम जी ने सारे ने प्रशादा चाकिया। फिर हुण कहंदे हन धन गुरु अंगद देव सच्चे पातशाह महाराज जी दे चरणा विच भाई बाला जी विथिया सुना रहे हन, हाल सुना रहे हन, किवें किवें धन गुरु नानक साहब किथे किथे गए। धन गुरु अंगद देव सच्चे पातशाह जी एक मन एक चित हो के धन गुरु नानक साहब जी दे वचन बड़े प्यार दे नाल अपने साई रहबर दे अपने सतगुरु जी दे सरवण कर रहे हन। भाई बाला आखिया सतगुरु जी जदों सवा पहर रात रह गई तां धन गुरु नानक देव सच्चे पातशाह महाराज जी ने इशनान कीता। भाई बाला जी कहंदे हन मैं भी कीता, मैं भी इशनान कीता। गुरु घर विच इशनान की बड़ी महानता है, कर इशनान सिमर प्रभ अपना मन तन पै अरोगा। मरदाने नु भी इशनान करवाया, मरदाने ने भी सब सवा पहर रात रहंदी इशनान कीता। जदों तिन्ना ने इशनान कर लिया तां धन गुरु नानक साहब जी आखण लगे बेबे सत करतार सत करतार सत करतार सत करतार असानू हुण खुशी बख्शो। अगों बेबे नानकी ने भी आखिया भाई जी भाई जी का भाव मेरे वीर ऐ मेरे प्राता जी बेबे नानकी दे मुख तो में निकलिया चंगा सत करतार सत करतार सत करतार असानू बेबे आखन लगी मनो ना विसार देना। अगे पौने सत साल तुसा सानू विसार छड़िया है हुण ना विसार देना। सत करतार सत करतार सत करतार सत करतार धन गुरु नानक सच्चे पातशाह महाराज जीओ जुगो जुग अटल धन धन गुरु ग्रंथ साहिब सच्चे पातशाह जी जन्म साखी भाई बाला जी वाली भाई जवाहर सिंह कृपाल सिंह एंड कंपनी तो जो छपी है उहदे विचों 235 अंग ते जो साखी है अगे साखी गुरु जी दी नानकी नाल होई धन गुरु ग्रंथ साहिब जी दास ने गुरमुखी विच जिवें आप जी ने बुलवाया है क्योंकि जन्म साखी दी बोली थोड़ी महंगी है इस वेले समझण विच थोड़ी जी कठिन लगती है क्योंकि समय समय बोलियां बदलदियां रहिंदियां हन। दास ने जन्म साखी दी बोली भी बोली है अते उहदा उलथा भी करन दी कोशिश कीती है। जुगो जुग अटल सच्चे पातशाह जी दास नूं खिमा करदे हो। दास भुल जांदा है भुलणहार है सतगुर जी खिमा कर दिओ कई भुलां हो जांदियां हन। ए बेबे जी दी साखी पढ़दे हां धन गुरु नानक साहिब जी दी साखी जिहड़ी जदों बेबे जी ने प्रशादा पकाया है फुलका फुलिया है याद कीता है उसे वेले झट आके दर्शन दे दिते हन सुल्तानपुर दे विच आ कुंडा खड़काया है। गुरु प्यारे हो धन गुरु नानक साहिब सच्चे पातशाह धन गुरु ग्रंथ साहिब सच्चे पातशाह जी गुरु दे प्यारे भी मैनू खिमा कर देण धन गुरु ग्रंथ साहिब सच्चे पातशाह जी तुसा भी दास नूं खिमा कर दिओ मैं भुलणहार हां बहुत भुल जांदा हां सतगुरु जी खिमा कर दिओ। अगे जो साखी हां जिवें आप जी पढ़ाओगे तिवें पढ़न दी कोशिश करांगा। सारी साध संगत गुरु नानक नाम लेवा
ਆਪ ਵੀ ਰੱਬ ਰੂਪ ਹੋ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਆਪ ਵੀ ਦਾਸ ਨੂੰ ਖਿਮਾ ਕਰ ਦਿਓ। ਇਹ ਸਾਰੀ ਸੇਵਾ ਲੜੀਵਾਰ ਕਥਾ ਜੋ ਹੋ ਰਹੀ ਹੈ, ਇਹ ਸਾਰੀ ਸੇਵਾ ਪਿਆਰਿਓ ਯੂਟਿਊਬ ਵਾਲੇ ਕਰ ਰਹੇ ਹਨ। ਜੇ ਯੂਟਿਊਬ ਵਾਲੇ ਆਪ ਤੱਕ ਇਹ ਸਾਖੀਆਂ ਇਹ ਲੜੀਵਾਰ ਕਥਾ ਨਾ ਪਹੁੰਚਾਉਣ ਤਾਂ ਕਿਵੇਂ ਆਪਾਂ ਸਰਵਣ ਕਰ ਸਕਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਯੂਟਿਊਬ ਵਾਸਤੇ ਅਰਦਾਸ ਬੇਨਤੀ ਹੈ। ਜਿੰਨੇ ਵੀ ਯੂਟਿਊਬ ਤੇ ਸੇਵਕ ਸੇਵਾ ਕਰਦੇ ਹਨ, ਵਰਕਰ ਹਨ, ਜਿਨ੍ਹਾਂ ਨੇ ਵੀ ਯੂਟਿਊਬ ਬਣਾਈ ਹੈ, ਆ ਜਿਹੜਾ ਰਾਹ ਰੱਬ ਵੱਲ ਜਾ ਰਿਹਾ ਹੈ, ਸਤ ਕਰਤਾਰ ਵੱਲ ਜਾ ਰਿਹਾ ਹੈ, ਨਿਰੰਕਾਰ ਵੱਲ ਜਾ ਰਿਹਾ ਹੈ, ਨਾਨਕ ਨਿਰੰਕਾਰੀ ਜੀ ਦੀ ਉਸਤਤ ਵੱਲ ਜਾ ਰਿਹਾ ਹੈ, ਗੁਰਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ, ਗੁਰਬਾਣੀ ਵੱਲ ਜਾ ਰਿਹਾ ਹੈ, ਇਹਦਾ ਫਲ ਯੂਟਿਊਬ ਵਾਲਿਆਂ ਨੇ ਸਤਿਗੁਰ ਜੀ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ। ਦਹੀਂ ਦੀ ਜਾਤ ਥੋੜੀ ਜਿਹੀ ਹੋਵੇ, ਕਿੰਨਾ ਦੁੱਧ ਜੰਮ ਜਾਂਦਾ ਹੈ। ਸਤਿਗੁਰ ਜੀ ਯੂਟਿਊਬ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਦੀ ਕਿਰਪਾਲਤਾ ਕਰਨੀ। ਯੂਟਿਊਬ ਨੂੰ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਰੱਖਣਾ। ਕਦੀ ਵੀ ਕੋਈ ਭੁੱਲਾ ਭਟਕਿਆ ਮਨ ਇਹ ਸਾਖੀਆਂ ਪੜ੍ਹ ਲਵੇਗਾ, ਗੁਰਬਾਣੀ ਸੁਣ ਲਵੇਗਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰ ਲਵੇਗਾ, ਭੁੱਲਿਆ ਭਟਕਿਆ ਮਨ ਇਸ ਦੁਨੀਆਂ ਦੇ ਮੇਲੇ ਵਿੱਚ ਗਵਾਚਾ ਹੋਇਆ ਮਨ ਕਦੀ ਤੇ ਆਪਣੇ ਘਰ ਆ ਜਾਵੇਗਾ। ਉਹ ਮਨ ਜਦੋਂ ਆਪਣੇ ਘਰ ਆ ਜਾਵੇਗਾ, ਉਹਦੇ ਤਨ ਦਾ ਵੀ ਭਲਾ ਹੋ ਜਾਵੇਗਾ। ਯੂਟਿਊਬ ਤੇ ਚਲੇ ਜਾਇਆ ਕਰੋ, ਲਿਖ ਦਿਆ ਕਰੋ ਗੁਰਬਾਣੀ ਦੀ ਚਾਰ ਨੀਡਸ ਯੂਕੇ, ਆਨੰਦ ਮਾਣਿਆ ਕਰੋ ਨਿਰੋਲ ਪਵਿੱਤਰ ਪਾਵਨ ਗੁਰਬਾਣੀ ਦਾ ਪਾਠ ਸਰਵਣ ਕਰਕੇ, ਕਥਾ ਸਰਵਣ ਕਰਕੇ। ਅੱਜ ਕੱਲ ਥੋੜੇ ਦਿਨ ਜਨਮ ਸਾਖੀ ਵਿੱਚੋਂ ਸਾਖੀਆਂ ਜਿਹੜੀਆਂ ਹਨ ਉਹਨਾਂ ਦੀ ਕਥਾ ਹੋ ਰਹੀ ਹੈ, ਉਹ ਵੀ ਸਰਵਣ ਕਰਿਆ ਕਰੋ, ਤਾਂ ਕਿ ਮਨ ਸਾਰਿਆਂ ਤੋਂ ਵੱਡੇ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਮਨ ਜੁੜ ਜਾਵੇ, ਅਕਾਲ ਪੁਰਖ ਸਾਨੂੰ ਬਖਸ਼ ਦੇਣਗੇ, ਸਾਡਾ ਜੀਵਨ ਸਫਲਾ ਕਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।